ਫਗਵਾੜਾ ਸਿਵਲ ਹਸਪਤਾਲ ਵਿੱਚ ਹੱਡੀਆਂ ਦਾ ਡਾਕਟਰ ਨਾ ਹੋਣ ਕਰਕੇ ਆਉਣ ਵਾਲੇ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਕੇ 'ਤੇ ਪਹੁੰਚੇ ਮਰੀਜ਼ ਦੇ ਘਰ ਵਾਲਿਆਂ ਨੇ ਆਪਣਾ ਗੁੱਸਾ ਪ੍ਰਗਟਾਉਂਦੇ ਹੋਏ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਸਪਤਾਲ ਵਿੱਚ ਹੱਡੀਆਂ ਦੇ ਡਾਕਟਰ ਦਾ ਹੋਣਾ ਜ਼ਰੂਰੀ ਹੈ ਤਾਂ ਜੋ ਕਿਸੇ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੀ ਮਾਮਲਾ ਤੁਹਾਡਾ, ਕੀ ਗੱਲ ਹੋਈ ਹੈ? ਕਿਹਦਾ ਮੋਟਰਸਾਈਕਲ ਹੈ? ਮੇਰੇ ਬ੍ਰਦਰ ਦਾ ਮੋਟਰਸਾਈਕਲ ਆ। ਇਹ ਦੋਨਾਂ ਦਾ ਐਕਸੀਡੈਂਟ ਹੋਇਆ ਆ ਹਦੀਆਬਾਦ। ਇਹਨਾਂ ਨੂੰ 2 ਘੰਟੇ ਹੋ ਗਏ ਇਸ ਸਿਵਲ ਹਸਪੀਟਲ 'ਚ ਲਿਆਂਦਾ ਗਿਆ ਆ। ਕੋਈ ਇੱਥੇ ਡਾਕਟਰ ਅਵੇਲੇਬਲ ਨਹੀਂ ਹੈਗਾ। ਇਹ ਕਿਉਂ ਆ ਇੱਥੇ? ਸਾਡਾ ਬੇਟਾ ਬ੍ਰਦਰ ਮੇਰਾ ਸੀਰੀਅਸ ਆ, ਉਹਦੀ ਇੰਨੀ ਜਗ੍ਹਾ ਤੋਂ ਲੱਤ ਟੁੱਟ ਗਈ ਆ, ਇੱਥੇ ਕਿਉਂ ਨਹੀਂ ਹੈਗਾ ਡਾਕਟਰ? ਲੇਕਿਨ ਡਾਕਟਰਾਂ ਦੀ ਸਰਕਾਰ ਨੇ ਬਦਲੀ ਕਰ ਦਿੱਤੀ ਹੈ, ਇਸ ਹਸਪਤਾਲ ਦੇ ਵਿੱਚ ਹੱਡੀਆਂ ਦਾ ਡਾਕਟਰ ਨਹੀਂ। ਕੀ ਮੰਗ ਹੈ ਤੁਹਾਡੀ? ਸਾਡੀ ਮੰਗ ਇਹ ਹੈ ਕਿ ਜਿਹੜਾ ਕੋਈ ਗਰੀਬ ਹੈ ਉਹ ਕਿੱਥੇ ਕਿੱਥੇ ਲੈ ਜਾਵੇ? ਇਹਨਾਂ ਨੂੰ ਇੱਥੇ ਡਾਕਟਰ ਅਵੇਲੇਬਲ ਹੋਣਾ ਚਾਹੀਦਾ ਹੈ। ਕਿਉਂ ਨਹੀਂ ਹੈਗਾ ਇੱਥੇ ਡਾਕਟਰ? ਸਰਕਾਰ ਤੋਂ ਇਹ ਮੰਗ ਵੋਟਾਂ ਲੈਣ ਤਾਂ ਇਹ ਆ ਜਾਂਦਾ ਹੈ, ਡਾਕਟਰ ਇੱਥੇ ਅਵੇਲੇਬਲ ਕਰਨ। ਇਹੀ ਸਾਡੀ ਮੰਗ ਹੈ, ਹੋਰ ਕੋਈ ਸਾਡੀ ਮੰਗ ਨਹੀਂ ਹੈਗੀ। ਹੁਣ ਡਾਕਟਰਾਂ ਨੇ ਕਿੱਥੇ ਭੇਜਿਆ ਤੁਹਾਡੇ ਪੇਸ਼ੈਂਟ ਨੂੰ? ਰੈਫਰ ਕਰ ਰਹੇ ਹੈ ਜਲੰਧਰ। ਫਾਇਦਾ ਕੀ ਸਿਵਲ ਹੋਣ ਦਾ? ਇੱਥੇ ਫਾਇਦਾ ਕਿਆ ਹੈ ਜਦ ਇੱਥੇ ਡਾਕਟਰ ਹੀ ਨਹੀਂ ਹੋਊਗਾ? ਮੌਕੇ ਤੇ ਸਿਵਲ ਹਸਪਤਾਲ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕੋਈ ਐਕਸੀਡੈਂਟਲ ਮਰੀਜ਼ ਹੈ ਔਰ ਉਹਦੀ ਹੱਡੀ ਫ੍ਰੈਕਚਰ ਦਾ ਮਾਮਲਾ ਹੈ। ਉਹਦੇ ਜਿਹੜੇ ਪੇਰੈਂਟਸ ਹੈ ਉਹ ਆਪੱਤੀ ਜ਼ਾਹਿਰ ਕਰਦੇ ਪਏ ਕਿ ਆਖਿਰਕਾਰ ਹਸਪਤਾਲ ਦੇ ਵਿੱਚ ਡਾਕਟਰ ਨਹੀਂ ਜਾਂ ਕੀ ਪ੍ਰੋਬਲਮ ਹੈ, ਔਰ ਉਹਨਾਂ ਨੂੰ ਬਹੁਤ ਜਿਹੜਾ ਖੱਜਲ ਖਵਾਰ ਹੋਣਾ ਪਿਆ। ਕੀ ਕਾਰਨ ਹੈ? ਸਾਡੇ ਕੋਲ ਆਰਥੋਪੈਡਿਕ ਸਰਜਨ ਪਹਿਲਾਂ ਸੀਗੇ, ਪਿਛਲੇ ਮਹੀਨੇ ਉਹਨਾਂ ਦੀ ਬਦਲੀ ਹੋ ਗਈ ਫਲੋਰ ਦੀ, ਅਤੇ ਅਸੀਂ ਉਸ ਸੰਬੰਧ ਵਿੱਚ ਸਰਕਾਰ ਨੂੰ ਲਿਖ ਦਿੱਤਾ ਕਿ ਸਾਨੂੰ ਆਰਥੋਪੈਡਿਕ ਸਰਜਨ ਜਲਦੀ ਤੋਂ ਜਲਦੀ ਇੱਥੇ ਮੁਹੱਈਆ ਕਰਾਇਆ ਜਾਵੇ ਤਾਂ ਕਿ ਜਿਹੜੇ ਮਰੀਜ਼ ਸਾਡੇ ਕੋਲ ਆਉਂਦੇ ਰੋਡ ਸਾਈਡ ਐਕਸੀਡੈਂਟ 'ਤੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ, ਕਿਉਂਕਿ ਸਾਡਾ ਜਿਹੜਾ ਹੋਸਪਿਟਲ ਹੈ ਹਾਈਵੇ 'ਤੇ ਸਥਿਤ ਹੈ। ਅਸੀਂ ਇਸ ਸਮੱਸਿਆ ਤੋਂ ਭਲੀ ਭਾਂਤ ਜਾਣੂ ਹਾਂ, ਅਤੇ ਅਸੀਂ ਹੁਣ ਹਾਇਰ ਅਧਿਕਾਰੀਆਂ ਨੂੰ ਲਿਖ ਦਿੱਤਾ ਕਿ ਜਲਦੀ ਤੋਂ ਜਲਦੀ ਇਹ ਸਮੱਸਿਆ ਸਾਡੇ ਕੋਲ ਆਰਥੋਪੈਡਿਕ ਸਰਜਨ ਭੇਜਦਾ ਹੈ। ਜਿੰਨੀ ਦੇਰ ਤੱਕ ਡਾਕਟਰ ਸਾਹਿਬ ਨਹੀਂ ਆਉਂਦੇ ਉਨੀ ਦੇਰ ਤੱਕ ਮਰੀਜ਼ਾਂ ਦਾ ਕੀ ਹੋਊਗਾ, ਕਿੱਥੇ ਜਾਣਗੇ? ਸਾਡੇ ਕੋਲ ਕੋਈ ਐਮਰਜੈਂਸੀ ਫਸਟ ਏਡ ਦੇ ਕੇ ਆਪਣਾ ਸਾਡਾ ਨੀਅਰੈਸਟ ਜਿਹੜਾ ਸੈਂਟਰ ਹੈਗਾ ਜਲੰਧਰ ਹੈਗਾ, ਅਸੀਂ ਉੱਥੇ ਭੇਜ ਸਕਦੇ ਜਿੰਨਾ, ਕਿਉਂਕਿ ਮਰੀਜ਼ ਦੀ ਸਾਨੂੰ ਜਿਹੜੀ ਆ ਵੈਲਬੀਂਗ ਉਹ ਪਿਆਰੀ ਆ, ਅਸੀਂ ਉਹਨੂੰ ਇੱਥੇ ਜ਼ਿਆਦਾ ਡਿਲੇਅ ਨਹੀਂ ਕਰ ਸਕਦੇ, ਅਸੀਂ ਉਹਦੀ ਵੈਲਬੀਂਗ ਦੀ ਖਾਤਰ ਇਮੀਜੀਏਟਲੀ ਅਸੀਂ ਰੈਫਰ ਕਰ ਰਹੇ। ਇੱਕ ਐਂਬੂਲੈਂਸ ਦੀ ਪ੍ਰੋਬਲਮ ਦੱਸਦੇ ਪਏ ਵੀ ਐਂਬੂਲੈਂਸ ਨੂੰ? ਐਂਬੂਲੈਂਸ ਦੀ ਆਮ ਤੌਰ 'ਤੇ ਕੋਈ ਦਿੱਕਤ ਨਹੀਂ ਆਉਂਦੀ, ਕੋਈ ਕਮਿਊਨੀਕੇਸ਼ਨ ਗੈਪ ਹੋ ਗਿਆ, ਕਿਉਂਕਿ ਜਿਹੜੀ 108 ਵੀ ਆ ਉਹ ਵੀ ਅਸੀਂ ਮੰਗਾ ਲਈ ਦੀ ਜਲਦੀ, ਉਹ 15-20 ਮਿੰਟ ਜਾਂ ਮੈਕਸੀਮਮ ਅੱਧਾ ਘੰਟਾ ਲਾਉਂਦੇ ਆ, ਜ਼ਿਆਦਾ ਨਹੀਂ ਲਾਉਂਦੇ। ਅਤੇ ਸਾਡੇ ਕੋਲ ਆਪਣੀ ਐਂਬੂਲੈਂਸ ਵੀ ਹੈਗੀ, ਉਹ ਸਾਡੇ ਕੋਲ ਡਰਾਈਵਰ ਦੀ ਪਰ ਜ਼ਰੂਰ ਘਾਟ ਹੈਗੀ ਆ। ਸਰ ਇਹ ਤਾਂ ਕਹਿੰਦੇ 2.5 ਘੰਟੇ ਸਾਨੂੰ ਵੇਟ ਕਰਨੀ ਪਈ ਆ, 2.5 ਘੰਟੇ ਸਾਨੂੰ ਕਹਿੰਦੇ ਵੇਟ ਕਰਨੀ ਪਈ ਆ ਉਹਨਾਂ ਦੀ। ਤੁਹਾਡੇ ਨੌਲੇਜ ਦੇ ਵਿੱਚ ਇਹ ਗੱਲ ਆਈ ਕੋਈ ਐਂਬੂਲੈਂਸ ਦੇ ਬਾਰੇ ਆ ਕੋਈ? ਇਹ ਕੋਈ ਮੇਰੇ ਨੌਲੇਜ ਨਹੀਂ ਸੀ, ਕਿਉਂਕਿ ਮੇਰੇ ਨੌਲੇਜ ਹੁੰਦੀ ਤਾਂ ਅਸੀਂ ਇੰਨਾ ਟਾਈਮ ਲਾਉਂਦੇ, ਹਰ ਹਿੱਲੇ ਅਸੀਂ ਵੀ ਜਲਦੀ ਕੁਛ ਨਾ ਕੁਛ ਸਰਵਾ